ਡਿਊਟੀ ਕਰ ਰਹੇ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਡਾਕਟਰਾਂ ਨਾਲ ਫੋਨ 'ਤੇ ਗੱਲਬਾਤ ਕਰਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦਾ ਹੌਸਲਾ ਵਧਾਇਆ ਹੈ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਹਨਾਂ ਦੀ ਲਗਨ ਅਤੇ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਬਹਾਦਰ ਨਾਇਕਾਂ ਨੂੰ ਸਲਾਮ ਕਰਦਾ ਹਾਂ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੱਸੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਬਾਕੀ ਤੁਹਾਡਾ ਤੁਹਾਡਾ ਡਿਸਟ੍ਰਿਕਟ ਠੀਕ ਚੱਲ ਰਿਹਾ? ਜ਼ਿਆਦਾ ਹੋਰ ਕੇਸ ਤਾਂ ਨਹੀਂ ਹੋਏ ਕੋਈ? ਨਹੀਂ ਸਰ, ਬਿਲਕੁਲ ਅੰਡਰ ਕੰਟਰੋਲ ਹੈ, ਕੋਈ ਇਸ਼ੂ ਨਹੀਂ ਹੈ ਸਰ। ਔਰ ਤੁਸੀਂ ਦੱਸੋ, ਤੁਹਾਨੂੰ ਕੋਈ ਤਕਲੀਫ ਕਿਸੇ ਗੱਲ ਦੀ ਤੁਹਾਨੂੰ ਤੁਹਾਡੇ ਜਿਹੜੇ ਸਾਥੀ ਨੇ ਉਸ CMO ਦੇ ਆਫਿਸ 'ਚ? ਸਰ ਠੀਕ ਹੈ, ਸਾਰਾ ਕੁਝ ਅੰਡਰ ਕੰਟਰੋਲ ਹੈ, ਠੀਕ ਹੈ ਸਰ। ਓਕੇ, ਬਸ ਤੁਸੀਂ ਠੀਕ ਰਹੋ, ਤੁਸੀਂ ਵੀ। ਮੈਂ ਦੇਖ ਰਿਹਾ ਕਿ ਤੁਸੀਂ ਮਾਸਕ ਨਹੀਂ ਪਾ ਰਹੇ, ਮਾਸਕ ਜ਼ਰੂਰ ਪਾਓ ਔਰ ਆਪਣੇ ਪਰਿਵਾਰ ਨੂੰ, ਅੱਛਾ ਆਫਿਸ ਨੂੰ, ਆਪਣੇ ਆਪਣੇ ਪਰਿਵਾਰ ਨੂੰ ਵੀ ਸੁਖੀ ਰੱਖੋ ਔਰ ਸਾਰੇ ਸਾਥੀਆਂ ਨੂੰ। ਮੇਰੀ ਫਤਿਹ ਬਣਾ ਦੇਣਾ ਪਲੀਜ਼। ਥੈਂਕ ਯੂ। ਹੈਲੋ ਗੁਰਦੇਵ, ਕੀ ਹਾਲ ਹੈ ਤੁਹਾਡਾ? ਤਕੜੇ ਹੋ ਸਾਰੇ? ਸਤਿ ਸ਼੍ਰੀ ਅਕਾਲ। ਆਪਣਾ ਧਿਆਨ, ਆਪਣੇ ਔਰ ਆਪਣੇ ਸਾਥੀਆਂ ਦਾ ਧਿਆਨ ਰੱਖ ਰਹੇ ਹੋ? ਤੁਸੀਂ ਘੁੰਮ ਰਹੇ ਸਾਰੇ ਹੋ, ਪਰ ਮਾਸਕ ਮੂਸਕ ਪਾ ਕੇ ਰੱਖਣਾ ਔਰ ਰੋਟੀ ਰੋਟੀ ਸਾਰੀ ਮਿਲਦੀ ਹੈ ਤੁਹਾਨੂੰ? ਠੀਕ ਪਟਿਆਲੇ ਵਿੱਚ ਠੀਕ ਹੋ ਤੁਸੀਂ ਪਰਿਵਾਰ ਠੀਕ ਹੈ? ਅੱਛਾ, ਇੱਥੇ ਕੰਮ ਠੀਕ ਚੱਲ ਰਿਹਾ ਆਪਣਾ? ਅੱਛਾ ਬੇਟਾ, ਕੋਈ ਗੱਲ ਹੋਏ ਤਾਂ ਮੈਨੂੰ ਦੱਸਣਾ ਜ਼ਰੂਰ। ਬਾਕੀ ਸਾਰਿਆਂ ਨੂੰ ਜਿਹੜੇ ਤੁਹਾਡੇ ਸਾਥੀ ਨੇ, ਮੇਰੀ ਫਤਿਹ ਬੁਲਾਉਣਾ ਉਹਨਾਂ ਨੂੰ ਸਾਰਿਆਂ ਨੂੰ। ਠੀਕ ਹੈ ਸਰ, ਥੈਂਕ ਯੂ ਜੀ। ਥੈਂਕ ਯੂ।